ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ ਦੋਸਤੋ। ਦੋਸਤੋ, ਅੱਜ ਮੈਂ ਤੁਹਾਨੂੰ 5.5 ਕਿੱਲੇ ਦਿਖਾਉਣ ਜਾ ਰਿਹਾ, ਜਿਹੜੇ ਕਿ ਲੈਫਟ ਹੈਂਡ ਆਉਂਦਾ ਖੰਨਾ ਔਰ ਰਾਈਟ ਹੈਂਡ ਆਉਂਦਾ ਮੋਰਿੰਡਾ ਔਰ ਸਿੱਧਾ ਜਾਂਦਾ ਸਮਰਾਲਾ ਔਰ ਲੁਧਿਆਣਾ ਨੂੰ। ਅਤੇ ਦੋਸਤੋ, ਇਹ ਜਿਹੜੀ ਰੋਡ ਹੈਗੀ ਹੈ ਫਤਿਹਗੜ੍ਹ ਸਾਹਿਬ ਖੰਨਾ ਤੋਂ ਹੁੰਦੀ ਹੋਈ ਬਾਏ ਮੋਰਿੰਡਾ ਆ ਰਹੀ ਹੈ, ਇਸ ਰੋਡ ਦੇ ਉੱਤੇ ਜਿਹੜਾ ਹੈਗਾ ਲੈਫਟ ਹੈਂਡ ਦੇ ਉੱਤੇ ਮੇਰੇ ਕੋਲ ਜ਼ਮੀਨ ਹੈਗੀ ਹੈ 5.5 ਕਿੱਲੇ, ਜਿਹੜੀ ਕਿ ਬਿਲਕੁਲ ਰੋਡ ਦੇ ਉੱਤੇ ਜ਼ਮੀਨ ਅਵੇਲੇਬਲ ਹੈ। ਤੁਸੀਂ ਦੇਖ ਸਕਦੇ ਹੋ ਆ ਸਿੱਧੀ ਲੁਧਿਆਣਾ ਹਾਈਵੇ ਨੂੰ ਜਾ ਰਹੀ ਹੈ ਦੋਸਤੋ। ਅਤੇ ਦੋਸਤੋ, ਰੋਡ ਦੇ ਉੱਤੇ ਬਹੁਤ ਹੀ ਅੱਛੀ ਲੋਕੇਸ਼ਨ ਦੇ ਉੱਤੇ ਹੈ, ਇਹਦੇ ਕੋਲ ਤਾਜ ਰਿਜ਼ੋਰਟ ਆਉਂਦਾ, ਪਿੱਛੇ CU ਯੂਨੀਵਰਸਿਟੀ ਆਉਂਦੀ ਹੈ। ਸਭ ਤੋਂ ਅੱਛੀ ਗੱਲ ਇਹ ਹੈ ਕਿ ਬੇਸਿਕ ਨੀਡਸ ਮਾਰਕੀਟ ਔਰ ਪੈਟਰੋਲ ਪੰਪ ਦੀ ਆਪਸ਼ਨਸ ਅਵੇਲੇਬਲ ਹੈ। ਹੁਣ ਦੋਸਤੋ, ਆਪਾਂ ਅੰਦਰ ਚੱਲ ਕੇ ਜ਼ਮੀਨ ਦੇਖਦੇ ਹਾਂ, ਮੈਂ ਤੁਹਾਨੂੰ ਜ਼ਮੀਨ ਵੀ ਦਿਖਾਉਂਦਾ ਦੋਸਤੋ। ਦੋਸਤੋ, ਤੁਸੀਂ ਦੇਖ ਸਕਦੇ ਹੋ ਹੈਗੇ ਹੈ, ਹੁਣ ਮੈਂ ਖੰਨਾ ਨੂੰ ਟਰਨ ਕਰਾਂਗਾ ਤਾਂ ਆਪਾਂ ਜਿਹੜੇ ਹੈਗੇ ਆ ਲੁਧਿਆਣਾ ਰੋਡ ਤੋਂ ਜਿਹੜੀ ਲੈਫਟ ਹੈਂਡ ਸਾਈਡ ਹੈ, ਮੈਂ ਉੱਧਰ ਟਰਨ ਕਰਨ ਲੱਗਿਆ ਦੋਸਤੋ। ਦੋਸਤੋ, ਇਹ ਜ਼ਮੀਨ ਹੈਗੀ ਜਿਹਦਾ 2 ਕਿੱਲੇ ਫਰੰਟ ਹੈਗਾ, ਉਹ ਕੰਧ ਤੋਂ ਲੈ ਕੇ ਆਹ ਘਰ ਵਿੱਚ ਆਉਂਦਾ ਹੈਗਾ, ਔਰ ਇਹ 2 ਕਿੱਲੇ ਦਾ ਫਰੰਟ ਹੈਗਾ। ਸਭ ਤੋਂ ਅੱਛੀ ਗੱਲ ਹੈ ਰਨਿੰਗ ਰੋਡ ਦੇ ਉੱਤੇ ਹੈਗਾ, ਔਰ ਨਾਲ ਹੀ ਪੈਟਰੋਲ ਪੰਪ ਹੈਗਾ, ਤੁਹਾਨੂੰ ਦਿਖਾ ਦਿੰਦਾ ਸਾਹਮਣੇ, ਪੈਟਰੋਲ ਪੰਪ ਵੀ ਹੈ ਔਰ ਰਨਿੰਗ ਰੋਡ ਹੈਗੀ ਹੈ। ਸਭ ਤੋਂ ਅੱਛੀ ਗੱਲ ਇੱਥੇ ਸ਼ੈਲਰ ਵੀ ਹੈਗੇ ਹੈ, ਮੈਰਿਜ ਪੈਲੇਸ ਵੀ ਬਹੁਤ ਸਾਰੇ ਬਣੇ ਹੈ। ਅਗਰ ਕੋਈ ਦੋਸਤ ਆਪਣੇ ਵਾਸਤੇ ਸਟੋਰ ਜਾਂ ਆਪਣਾ ਮੈਰਿਜ ਪੈਲੇਸ ਜਾਂ ਹੋਰ ਕੋਈ ਐਕਟੀਵਿਟੀ ਕਰਨਾ ਚਾਹੁੰਦਾ ਤਾਂ ਇਹ ਬਹੁਤ ਹੀ ਅੱਛੀ ਆਪਸ਼ਨ ਹੈਗੀ ਹੈ, ਔਰ ਰਨਿੰਗ ਰੋਡ ਹੈਗੀ ਹੈ ਦੋਸਤੋ, ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਹੈ ਰੋਡ। ਔਰ ਸਭ ਤੋਂ ਪਹਿਲਾਂ ਬੇਨਤੀ ਮੇਰੀ ਇਹ ਹੈ ਦੋਸਤੋ, ਆਪਣੇ ਦੋਸਤ ਡੀਲਰਾਂ ਨੂੰ, ਕੋਈ ਡੀਲਰ ਇਨਵੋਲਵਮੈਂਟ ਨਹੀਂ ਹੈ ਇਸ ਡੀਲ ਦੇ ਵਿੱਚ, ਡਾਇਰੈਕਟ ਡੀਲ ਹੈਗੀ ਹੈ, ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ, ਡੀਲਰ ਸਾਰੇ ਮੈਨੂੰ ਸੰਪਰਕ ਕਰ ਸਕਦੇ ਹੈ, ਅਤੇ ਇਹਦੇ ਵਿੱਚ ਕੋਈ ਡੀਲਰ ਇਨਵੋਲਵਮੈਂਟ ਨਹੀਂ ਹੈਗੀ, ਔਰ ਡਾਇਰੈਕਟ ਡੀਲ ਹੋਏਗੀ। ਔਰ ਜਿੰਨੇ ਵੀ ਡੀਲਰਸ ਹੈ ਜਾਂ ਕੋਈ ਲੈਣਾ ਚਾਹੁੰਦਾ ਹੈ ਜ਼ਮੀਨ ਜਿਹਦਾ 2 ਕਿੱਲੇ ਦਾ ਫਰੰਟ ਹੈਗਾ, ਟੋਟਲ 5 ਕਿੱਲੇ 5.5 ਕਿੱਲੇ ਦੇ ਕਰੀਬ ਇਹ ਜ਼ਮੀਨ ਹੈਗੀ ਹੈ, ਔਰ ਨਿਸ਼ਾਨਦੇਹੀ ਜਿਹੜੀ ਹੈਗੀ ਮੌਕੇ 'ਤੇ ਹੋਜੂਗੀ ਸਾਰੀ, ਔਰ ਇਹਦੇ ਵਿੱਚ ਘਰ ਵੀ ਵਿੱਚ ਮਿਲੂਗਾ, ਔਰ ਸਭ ਤੋਂ ਅੱਛੀ ਗੱਲ ਹੈ ਕਿ ਰਨਿੰਗ ਮੋਟਰ ਵੀ ਲੱਗੀ ਹੋਈ ਹੈ ਦੋਸਤੋ। ਅਗਰ ਕੋਈ ਆਪਣੇ ਵਾਸਤੇ ਪੰਜਾਬ ਦੇ ਵਿੱਚ ਅੱਛੀ ਲੋਕੇਸ਼ਨ ਦੇ ਵਿੱਚ ਜ਼ਮੀਨ ਲੱਭ ਰਿਹਾ ਤਾਂ ਮੇਰੇ ਕੋਲ ਇਹ ਬਹੁਤ ਹੀ ਅੱਛੀ ਬੈਸਟ ਓਪਰਚੁਨਿਟੀ ਹੈ। ਜਿਹੜੇ ਇਹਦੀ ਪ੍ਰਾਈਜ਼ ਹੈਗੀ ਹੈ ਉਹ ਮੈਂ ਥੱਲੇ ਡਿਸਕ੍ਰਿਪਸ਼ਨ 'ਚ ਮੈਨਸ਼ਨ ਕਰਤੀ ਹੈ, ਉਹ ਨੈਗੋਸ਼ੀਏਬਲ ਹੋਏਗੀ, ਜਿਹੜੀ ਮੈਂ ਇਹਦੀ ਕੀਮਤ ਲਿਖੀ ਹੈ ਉਹ ਘੱਟੋ ਘੱਟ ਹੋ ਜਾਏਗੀ, ਤੁਸੀਂ ਡਿਸਕ੍ਰਿਪਸ਼ਨ 'ਚ ਪੜ੍ਹ ਲਿਓ। ਅਗਰ ਇਸ ਜ਼ਮੀਨ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨੀਚੇ ਦਿੱਤੇ ਨੰਬਰਾਂ 'ਤੇ। ਦੋਸਤੋ, ਜਿਹੜੀ ਆਹ ਲੋਕੇਸ਼ਨ ਹੈ ਉਹ ਬਿਜ਼ਨਸ ਵਾਸਤੇ ਬਹੁਤ ਹੀ ਅੱਛੀ ਲੋਕੇਸ਼ਨ ਹੈ, ਔਰ ਸਭ ਤੋਂ ਅੱਛੀ ਗੱਲ ਹੈ ਕਿ ਬੇਸਿਕ ਫੈਸਿਲਿਟੀ ਸਾਰੀ ਅਵੇਲੇਬਲ ਹੈ, ਔਰ ਗਰਾਊਂਡ ਲੈਂਡ ਜਿਹੜਾ ਹੈਗਾ ਧਰਤੀ ਦਾ ਲੈਵਲ ਵੀ ਡਾਊਨ ਨਹੀਂ ਹੈ, ਔਰ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਐਗਰੀਕਲਚਰ ਲੈਂਡ ਹੈ। ਦੋਸਤੋ, ਆਉਣ ਵਾਲਾ ਸਮੇਂ ਜਿਹੜਾ ਹੈਗਾ ਉਹ ਇਹਦਾ ਫਿਊਚਰ ਬਹੁਤ ਬ੍ਰਾਈਟ ਹੈਗਾ, ਅਤੇ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਤੁਸੀਂ ਮੈਨੂੰ ਜ਼ਰੂਰ ਕਾਲ ਕਰਿਓ ਔਰ ਸਬਸਕ੍ਰਾਈਬ ਲਾਈਕ ਕਰਿਓ। ਆਪਾਂ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਧੰਨਵਾਦ ਜੀ।